ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਐਮਐਲਏ ਸੋਮ ਪ੍ਰਕਾਸ਼ ਨੂੰ ਐਮਪੀ ਦੀ ਟਿਕਟ ਮਿਲੀ ਤਾਂ ਉਹਨਾਂ ਦੀ ਪਤਨੀ ਦੀ ਖੁਸ਼ੀ ਵੇਖਣ ਲਾਇਕ ਸੀ ਤੇ ਹੁਣ ਉਹਨਾਂ ਦੀ ਪਤਨੀ ਉਹਨਾਂ ਨੂੰ ਐਮਪੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਦੀ ਇੱਕ ਕਥਿਤ ਆਡੀਓ ਵਾਇਰਲ ਹੋਈ ਹੈ ਜਿਸ ਵਿੱਚ ਉਹ ਵੋਟਰਾਂ ਬਾਰੇ ਇਹ ਕਹਿੰਦੇ ਸੁਣਾਈ ਦੇ ਰਹੇ ਨੇ ਕਿ ਹੁਣ ਤਾਂ ਪਤਾ ਚੱਲ ਜਾਂਦਾ ਕਿਹੜੇ ਵਾਰਡ ਤੋਂ ਕਿੰਨੀਆਂ ਵੋਟਾਂ ਪਈਆਂ ਤੇ ਜੇਕਰ ਉਹਨਾਂ ਨੂੰ ਵੋਟਾਂ ਨਹੀਂ ਪਈਆਂ ਤੇ ਕੰਮ ਵੀ ਲੋਕ ਉਹਨਾਂ ਕੋਲ ਕਰਵਾ ਲੈਣ ਜਿਨ੍ਹਾਂ ਨੂੰ ਵੋਟਾਂ ਪਾਉਣਗੇ। ਇਹ ਕਥਿਤ ਆਡੀਓ ਉਹਨਾਂ ਦੇ ਇੱਕ ਕੌਂਸਲਰ ਸਾਥੀ ਦੇ ਨਾਲ ਵਾਇਰਲ ਹੋਈ ਹੈ। ਕੌਂਸਲਰ ਦਾ ਨਾਮ ਸਰਬਜੀਤ ਕੌਰ ਦੱਸਿਆ ਜਾ ਰਿਹਾ। ਸਰਬਜੀਤ ਕੌਰ ਸਿੱਧੇ ਤੌਰ 'ਤੇ ਕਹਿ ਰਹੀ ਹੈ ਕਿ ਜੇ ਤੁਸੀਂ ਕੰਮ ਨਹੀਂ ਕਰਵਾਏ ਤਾਂ ਮੈਂ ਕਿਸ ਮੂੰਹ ਨਾਲ ਵੋਟ ਮੰਗਣ ਜਾਵਾਂ ਅਤੇ ਉਹ ਤੋਂ ਬਾਅਦ 'ਚ ਉਹ ਐਮਐਲਏ ਦੀ ਪਤਨੀ ਕੀ ਜਵਾਬ ਦਿੰਦੀ ਹੈ ਤੁਸੀਂ ਆਪ ਹੀ ਸੁਣ ਲਓ। ਹਾਲਾਂਕਿ ਦੈਨਿਕ ਮੇਲ ਪੰਜਾਬੀ ਟੀਵੀ ਇਸ ਆਡੀਓ ਦੀ ਵਾਸਤਵਿਕਤਾ ਦੀ ਪੁਸ਼ਟੀ ਨਹੀਂ ਕਰਦਾ। ਫਿਲਹਾਲ ਇਹ ਆਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਫੋਨ ਕਰਨ ਵਾਲੀ ਮਹਿਲਾ ਨੂੰ ਐਮਐਲਏ ਸੋਮ ਪ੍ਰਕਾਸ਼ ਦੀ ਪਤਨੀ ਦੱਸਿਆ ਜਾ ਰਿਹਾ ਤੇ ਫੋਨ ਸੁਣਨ ਵਾਲੀ ਨੂੰ ਸਰਬਜੀਤ ਕੌਰ ਕੌਂਸਲਰ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰਬਜੀਤ ਜੀ। ਸਰਜੀਤ ਜੀ, ਸ਼ਾਮ ਨੂੰ ਤੁਹਾਡਾ ਵਾਰਡ ਕਰਨਾ ਜੀ। ਮੈਂ ਸ਼ਾਮ ਨੂੰ ਮੇਰਾ ਵਾਰਡ ਤਾਂ ਜੀ ਸਦਕੇ ਕਰੋ ਜੀ, ਪਰ ਵਾਰਡ ਦੇ ਵਿੱਚ ਜਾਓਗੇ ਕਿੱਥੇ ਤੁਸੀਂ? ਕਿਉਂ? ਰਾਮਪੁਰੇ ਵਾਲਿਆਂ ਨੇ ਲਿਖਿਆ ਹੋਇਆ ਜੀ ਕਿ ਸਾਡੇ ਵੱਲ ਬਿਲਕੁਲ ਨਾ ਉਸੀ ਦੁੱਧ ਮਗਰ। ਪਹਿਲਾਂ ਤੁਸੀਂ ਆਪਣੇ ਤੌਰ ਤੇ ਇਕੱਲੇ ਕਰਕੇ ਦੇਖੋ, ਬਾਕੀ ਮੈਂ ਆਪੇ ਕਰ ਲੈਣਾ ਹੈ। ਨਹੀਂ, ਕਿਹਨੇ ਲਿਖਿਆ ਹੈ ਸਾਡੇ ਨਾਲ? ਉਹ ਤੁਸੀਂ ਸ਼ਹੀਦ ਉਧਮ ਨਗਰ ਲਾ ਲਓ, ਰਾਮਪੁਰਾ ਲਾ ਲਓ, ਜਿੱਥੇ ਕੋਈ ਕੰਮ ਨਹੀਂ ਹੋਇਆ ਹੈਗਾ। ਉਹ ਕਹਿੰਦਾ 3 ਦਿਨ ਬਾਅਦ ਉਦਘਾਟਨ ਕੀਤਾ ਤਾਂ ਵੋਟ ਕੀ ਮੰਗਣ ਆਓਗੇ ਸਾਡੇ ਕੋਲ ਨਾ ਰਾਮਪੁਰਾ? ਨਹੀਂ, ਆਪਾਂ ਕਰਨੇ ਨਹੀਂ ਕਰਨੇ ਆ। ਮੈਂ ਤਾਂ ਤੁਹਾਨੂੰ ਕਿਹਾ ਤੁਸੀਂ ਆਪਣੇ ਤੌਰ ਤੇ ਕਰਕੇ ਦੇਖਿਓ, ਨਾਲੇ ਵਿਊ ਸੁਣ ਕੇ ਦੇਖਿਓ ਲੋਕੀ ਕੀ ਕਹਿੰਦੇ ਆ ਜੀ। ਨਹੀਂ, ਲੋਕਾਂ ਨੂੰ ਕਹੋ ਚਲੋ ਤੁਸੀਂ ਲਿਖ ਕੇ ਲਾ ਲਓ, ਹੁਣ ਤਾਂ ਉਦਾਂ ਹੀ ਪਤਾ ਲੱਗ ਜਾਂਦਾ ਵੀ ਕਿਹੜੇ ਵਾਰਡ 'ਚੋਂ ਕਿੰਨੀਆਂ ਵੋਟਾਂ ਪੈਣੀਆਂ। ਕੋਈ ਕੰਮ ਕਰਾ ਲਓਗੇ ਫਿਰ? ਮੈਂ ਕਿਹਾ ਜੀ ਉਹ ਤਾਂ ਹੁਣ ਆਪਾਂ ਉਹਨਾਂ ਨੂੰ ਕਹੋ ਜਿਹੜੇ ਰਹਿ ਗਏ ਸੀ ਕਰਾ ਲਓਗੇ। ਏਦਾਂ ਦੇਖੋ, ਕਾਂਗਰਸ ਤੋਂ ਕਰਾ ਕੇ ਦੇਖ ਲਓ। ਮੈਡਮ, ਅਸੀਂ ਏਦਾਂ ਕਿੱਦਾਂ ਕਹਿ ਦਈਏ ਉਹਨਾਂ ਨੂੰ ਇਹ ਗੱਲ? ਮੈਂ ਤਾਂ ਕਹਿਣਾ ਹੀ ਪੈਣਾ, ਕਹਿਣਾ ਪੈਣਾ। ਕਿਉਂ ਨਹੀਂ ਕਹਿਣਾ ਪੈਣਾ? ਤੁਸੀਂ ਜਿਸ ਦਿਨ ਤੁਸੀਂ ਇੱਕ ਹੀ ਵਾਰ ਜੀ ਗੱਲ ਦੱਸੋ ਜਿੱਦਾਂ ਤੁਸੀਂ। ਮੈਂ ਕਹਿ ਦੂੰਗੀ, ਮੈਂ ਆ ਕੇ ਕਹਿ ਦੂੰਗੀ, ਚਲੋ ਸਾਨੂੰ ਨਹੀਂ ਪਾਣੀਆਂ, ਜਿਹਨੂੰ ਵੋਟਾਂ ਪਾਓਗੇ ਉਹ ਤਾਂ ਕੰਮ ਵੀ ਲੈ ਲਿਓ ਫਿਰ। ਅਗਲੇ ਕਹਿੰਦੇ ਅਸੀਂ ਕਿਸੇ ਨੂੰ ਨਹੀਂ ਪਾਣੀਆਂ, ਹੁਣ ਤੁਸੀਂ ਪਹਿਲਾਂ ਇਹੀ ਦੇ ਲਓ ਨਾ ਪਾਣ, ਉਹ ਵੀ ਪਤਾ ਲੱਗ ਜਾਣਾ ਵੀ ਨਹੀਂ ਪਾਣੀਆਂ। ਸੁਰਿੰਦਰ ਬਾਹਰ ਦਾ ਪਤਾ ਲੱਗੇ ਹੀ ਜਾਣਾ ਆਪਾਂ ਸਾਨੂੰ। ਸਰਜੀਤ ਜੀ, ਜੇ ਉਹ ਇਹ ਗੱਲ ਕਹਿੰਦੇ ਉਹਨਾਂ ਨੂੰ ਦੱਸੋ ਫਿਰ, ਤੁਸੀਂ ਸਾਨੂੰ ਕੰਮ ਨਹੀਂ ਕਹਿ ਸਕੋਗੇ? ਬੈਠੇ ਰਹਿਣ ਫਿਰ ਆਪਾਂ ਕਰ ਕੀ ਸਕਦੇ ਆ? ਹਾਂਜੀ ਹਾਂਜੀ, ਦੇਖ ਲਓ ਤੁਸੀਂ ਆਪ ਹੀ ਦੇਖ ਲਓ। ਜੇ ਇੰਨਾ ਕੁਛ ਹੋਇਆ ਤਾਂ ਵੀ ਜੇ ਇਹ ਗੱਲ ਕਹਿੰਦੇ ਆ ਤਾਂ ਫਿਰ ਬੈਠੇ ਰਹਿਣ, ਫਿਰ ਤਾਂ ਕੋਈ ਹਰਜੀ ਨਹੀਂ ਹੈ ਜੀ ਮੇਰੇ ਤਾਂ ਜਿੱਥੇ। ਨਹੀਂ ਨਹੀਂ, ਮੈਂ ਤਾਂ ਫਿਰ ਪਰਮਾਤਮਾ ਕਰੇ ਚੰਗਾ ਚੰਗਾ ਟਾਈਮ ਆਵੇ। ਮੈਂ ਤਾਂ ਫਿਰ ਸਾਫ ਹੀ ਕਹਿਣਾ, ਮੈਂ ਪਹਿਲਾਂ ਵੀ ਕਹਿਣਾ ਫਿਰ ਮੈਂ ਬਾਅਦ ਚ ਵੀ ਕਹਿਣਾ ਤੇ ਹੁਣ ਸਾਨੂੰ ਤੁਸੀਂ ਕੰਮ ਨਾ ਕਹੋ ਆ ਕੇ ਕਰਨ ਲਈ। ਬਿਲਕੁਲ ਬਿਲਕੁਲ ਹਾਂ, ਜੇ ਉਹਨਾਂ ਨੇ ਵੋਟਾਂ ਹੀ ਨੀ ਪਾੜੀਆਂ, ਜੇ ਉਹਨਾਂ ਨੇ ਸਾਡਾ ਸਾਥ ਨੀ ਦੇਣਾ ਇੰਨਾ ਕੰਮ ਕੀਤੇ ਆ ਤੇ ਵੀ, ਤਾਂ ਫਿਰ ਤਾਂ ਉਹਨਾਂ ਚ ਇਨਸਾਨੀਅਤ ਹੀ ਨਹੀਂ ਹੈ। ਰਾਮਪੁਰੇ 3 ਵਾਰ ਉਦਘਾਟਨ ਕਰਕੇ ਉੱਥੇ ਦਾ ਕੰਮ ਨੀ ਕੀਤਾ, ਕੀ ਜਾ ਕੇ ਮੈਂ ਲੋਕਾਂ ਨੂੰ ਰਿਸਪੋਂਸ? ਲੋਕੀ ਜਦੋਂ ਮੁਰੇ ਚਿੱਤਰ ਮਾਰਦੇ ਤਾਂ ਉੱਥੇ ਜਾ ਕੇ ਮੈਂ ਕੀ ਬੋਲੂੰਗੀ ਜੀ? ਸਰਜੀਤ ਜੀ, ਜਦੋਂ ਆਪਣਾ ਇਲੈਕਸ਼ਨ ਆਉਣਾ 6 ਮਹੀਨੇ ਬਾਅਦ, ਫਿਰ ਆਪਾਂ ਮੈਂ ਲੜਨਾ ਹੀ ਨਹੀਂ ਸੀ, ਇਸੇ ਕਰਕੇ ਤਾਂ ਮੈਂ ਨਹੀਂ ਲੜਨਾ ਹੈਗਾ। ਅੱਛਾ, ਤੁਸੀਂ ਲੜਨਾ ਨਹੀਂ? ਨਾ ਬਿਲਕੁਲ ਨਹੀਂ, ਕਿਉਂਕਿ ਕੰਮ ਨਹੀਂ ਹੋਇਆ। ਮੈਂ ਜੁੱਤੀਆਂ ਥੋੜੇ ਖਾਣੀਆਂ, ਲੋਕੀ ਜਿੱਦਾਂ ਮੈਨੂੰ ਬੋਲਦੇ ਆ, ਲੋਕੀ ਇੰਨਾ ਫਾਲਤੂ ਬੋਲਦੇ, ਕੰਮ ਕਰਨ ਦਾ ਫਾਇਦਾ ਹੀ ਨਹੀਂ ਕੁਛ ਨਹੀਂ ਹੋਣਾ। ਜਾਤੀ ਸਾਡੀ ਇਲੈਕਸ਼ਨ ਆਉਣੀ, ਉਹ ਤਾਂ ਸਾਨੂੰ ਲੋਕਾਂ ਨੇ ਵੈਸੇ ਹੀ ਬੁਰੀ ਤਰ੍ਹਾਂ ਹਰਾ ਦੇਣਾ ਜਦੋਂ ਸਾਡਾ ਕੰਮ ਹੀ ਨਹੀਂ ਹੋਣਾ। ਫਿਰ ਤਾਂ ਬਾੜ ਛੱਡਣ ਵਾਲੀ ਗੱਲ ਆ ਇਹ। ਮੈਂ ਕਹਿੰਦੀ ਛੱਡਦੀ ਨੀ ਮੈਡਮ ਵਾਰਡ, ਮੈਂ ਤੁਹਾਡੇ ਕਰਕੇ, ਸਿਰਫ ਤੁਹਾਡੇ ਕਰਕੇ। ਚਲੋ ਕੋਈ ਗੱਲ ਨੀ, ਆਪ ਕਰੂੰਗੀ ਵਾਰਡ ਇਹ। ਫਿਰ ਠੀਕ ਆ ਜੀ, ਤੁਸੀਂ ਰਹਿਣ ਦਿਓ, ਮੈਂ ਕਰ ਲਊਂਗੀ। ਠੀਕ ਹੈ ਠੀਕ ਆ ਜੀ, ਠੀਕ ਆ ਠੀਕ ਹੈ ਠੀਕ ਹੈ ਜੀ, ਓਕੇ।